ਸਲੋਕ ਮਹੱਲਾ ਤੀਜਾ। ਸੁਹੈ ਵੇਸ ਕਾਮਣ ਕੁਲਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਓਸ ਸੀਲ ਨਾ ਸੰਜਮ, ਸਦਾ ਝੂਠ ਬੋਲੈ ਮਨਮੁਖ ਕਰਮ ਖੁਆਰ। ਜਿਸ ਪੂਰਬ ਹੋਵੈ ਲਿਖਿਆ, ਤਿਸ ਸਤਿਗੁਰ ਮਿਲੈ ਪਤਾਰ। ਸੁਹਾ ਵੇਸ ਸਭ ਉਤਾਰ ਧਰੇ, ਗਲ ਪਹਿਰੈ ਖਿਮਾ ਸੀਗਾਰ। ਪੇਈਐ ਸਹੁਰੈ ਬਹੁ ਸੋਭਾ ਪਾਏ, ਤਿਸ ਪੂਜ ਕਰੇ ਸਭ ਸਹਿਸਾਰ। ਓਹ ਰਲਾਈ ਕਿਸੈ ਦੀ ਨਾ ਰਲੈ, ਜਿਸ ਰਾਵੇ ਸਿਰਜਨਹਾਰ। ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਵਿਨਾਸੀ ਪੁਰਖ ਪਰਤਾਰ। ਮਹੱਲਾ ਪਹਿਲਾ। ਸੂਹਾ ਰੰਗ ਸੁਪਨੈ ਨਿਸੀ, ਬਿਨ ਤਾਗੇ ਗਲ ਹਾਰ। ਸੱਚਾ ਰੰਗ ਮਜੀਠਕਾ, ਗੁਰਮੁਖ ਬ੍ਰਹਮ ਵਿਚਾਰ। ਨਾਨਕ ਪ੍ਰੇਮ ਮਹਾਰਸੀ, ਸਭ ਬੁਰਿਆਇਆ ਛਾਰ। ਪੌੜੀ ਇਹੋ ਜਗ ਆਪ ਉਪਾਯੋਨ, ਕਰ ਚੋਜ ਵਿਡਾਨ। ਪੰਚ ਧਾਤ ਵਿੱਚ ਪਾਈਨ, ਮੋਹ ਝੂਠ ਗੁਮਾਨ। ਪੰਚ ਧਾਤ ਵਿੱਚ ਪਾਈਨ, ਮੋਹ ਝੂਠ ਗੁਮਾਨ। ਆਵੈ ਜਾਇ ਭਵਾਈਐ ਮਨਮੁਖ ਅਗਿਆਨ। ਇਕਨਾ ਆਪ ਬੁਝਾਇਓਨ, ਗੁਰਮੁਖ ਹਰ ਗਿਆਨ। ਭਗਤ ਖਜ਼ਾਨਾ ਬਖਸਿਓਨ, ਹਰ ਨਾਮ ਨਿਧਾਨ। ਸਲੋਕ ਮਹੱਲਾ ਤੀਜਾ। ਸੁਹਵੀਏ ਸੁਹਾ ਵੇਸ ਛੱਡ ਤੂੰ, ਤਾਂ ਪਿਰ ਲੱਗੀ ਪਿਆਰ। ਸੁਹੈ ਤੂੰ ਤੇ ਵਿਸਰਾਮ ਦੇਈਦਾ ਹੈ, ਖਿਆਲ ਰੱਖਣਾ। ਸੁਹਾ ਵੇਸ ਛੱਡ ਤੂੰ। ਸੁਹਵੀਏ ਸੁਹਾ ਵੇਸ ਛੱਡ ਤੂੰ, ਤਾਂ ਪਿਰ ਲੱਗੀ ਪਿਆਰ। ਸੁਹੈ ਵੇਸ ਪਿਰ ਕਿਨੈ ਨਾ ਪਾਇਓ, ਮਨਮੁਖ ਦੱਜ ਮੋਈ ਗਾਵਾਰ। ਸੁਹੈ ਵੇਸ ਪਿਰ ਕਿਨੈ ਨਾ ਪਾਇਓ, ਮਨਮੁਖ ਦੱਜ ਮੋਈ ਗਾਵਾਰ। ਸਤਿਗੁਰ ਮਿਲਿਆ ਸੁਹਾ ਵੇਸ ਗਇਆ, ਹਉ ਮੈਂ ਵਿੱਚ ਹੋ ਮਾਰ। ਮਨ ਤਨ ਰੱਤਾ ਲਾਲ ਹੋਆ, ਰਸਨਾ ਰੱਤੀ ਗੁਣਸਾਰ। ਸਦਾ ਸੁਹਾਗਣ ਸ਼ਬਦ ਮਨ, ਭੈ ਭਾਇ ਕਰੇ ਸੀਗਾਰ। ਨਾਨਕ ਕਰਮੀ ਮਹਿਲ ਪਾਇਆ, ਪਿਰ ਰਾਖਿਆ ਔਰ ਧਾਰ। ਮਹੱਲਾ ਤੀਜਾ। ਮੁੰਦੇ ਸੂਹਾ ਪਰਹਰੋ, ਲਾਲ ਕਰਹੋ ਸੀਗਾਰ। ਆਵਣ ਜਾਣਾ ਵੀਸਰੈ, ਗੁਰ ਸ਼ਬਦੀ ਵਿਚਾਰ। ਮੁੰਦ ਸੁਹਾਵੀ ਸੋਹਣੀ, ਜਿਸ ਘਰ ਸਹਿਜ ਪਤਾਰ। ਨਾਨਕ ਸਾ ਧਨ ਰਾਵੀਐ, ਰਾਵੇ ਰਾਵਣ ਹਾਰ। ਪੌੜੀ ਮੋਹ ਕੂੜ ਕੁਟਾਂਬ ਹੈ, ਮਨਮੁਖ ਮੁਗਧ ਰੱਤਾ। ਹਉ ਮੈਂ ਮੇਰਾ ਕਰ ਮੋਏ, ਕਿਛ ਸਾਥ ਨਾ ਲਿੱਤਾ। ਰੱਤਾ ਲਿੱਤਾ ਥੋੜਾ ਭਾਰਾ ਕਰਕੇ। ਮੋਹ ਕੂੜ ਕੁਟਾਂਬ ਹੈ, ਮਨਮੁਖ ਮੁਗਧ ਰੱਤਾ। ਹਉ ਮੈਂ ਮੇਰਾ ਕਰ ਮੋਏ, ਕਿਛ ਸਾਥ ਨਾ ਲਿੱਤਾ। ਸਿਰ ਉੱਪਰ ਜਮਕਾਲ ਨਾ ਸੁੱਜਈ, ਦੂਜੈ ਪਰਮਿਤਾ। ਫਿਰ ਵੇਲਾ ਹੱਥ ਨਾ ਆਵਈ, ਜਮਕਾਲ ਵਸ ਕੀਤਾ। ਜਿਹਾ ਧੁਰ ਲਿਖ ਪਾਇਓਨ, ਸੇ ਕਰਮ ਕਮਿਤਾ। ਸਲੋਕ ਮਹੱਲਾ ਤੀਜਾ। ਸਤੀਆ ਇਹ ਨਾ ਆਖੀਅਨ, ਜੋ ਮੜਿਆ ਲੱਗ ਜਲਨ। ਨਾਨਕ ਸਤੀਆ ਜਾਣੀਅਨ, ਜੇ ਬਿਰਹੇ ਚੋਟ ਮਰਨ। ਜੋ ਮੜਿਆ ਲੱਗ ਜਲਨ, ਮੜਿਆ ਭਾਵ ਮ੍ਰਿਤਕ ਸਰੀਰ। ਇੱਥੇ ਮੜੀਆਂ ਪਾਠ ਨਹੀਂ ਕਰਨਾ, ਕਈ ਅਗਿਆਨੀ ਲੋਕ ਮੜੀਆਂ ਪਾਠ ਕਰ ਜਾਂਦੇ ਨੇ ਕਿ ਜੋ ਮੜੀਆਂ ਲੱਗ ਜਲਨ। ਸੋ ਮੜਿਆ ਲੱਗ, ਮੜਿਆ ਤੋਂ ਭਾਵ ਹੈ ਲਾਸ਼, ਮ੍ਰਿਤਕ ਸਰੀਰ। ਜੋ ਹਿੰਦੁਸਤਾਨ ਵਿੱਚ ਸਤੀ ਪ੍ਰਥਾ ਦਾ ਬਹੁਤ ਜ਼ਿਆਦਾ ਪ੍ਰਚਲਨ ਸੀ, ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਤੀਸਰੇ ਰੂਪ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧਰਮ ਦੇ ਨਾਮ ਹੇਠ ਪ੍ਰਚਲਿਤ ਇਸ ਸਮਾਜਿਕ ਬੁਰਾਈ ਦੇ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਔਰ ਇਉਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸਤਰੀ ਜਾਤੀ ਉੱਪਰ ਹੁੰਦੇ ਜ਼ੁਲਮ ਨੂੰ ਰੋਕਿਆ ਸੀ। ਆਪਣੇ ਸਿੱਖਾਂ ਨੂੰ ਵੀ ਇਹ ਉਪਦੇਸ਼ ਦਿੱਤਾ ਅਤੇ ਬਾਦਸ਼ਾਹ ਅਕਬਰ ਕੋਲੋਂ ਵੀ ਇਸ ਸੰਬੰਧੀ ਆਰਡੀਨੈਂਸ ਜਾਰੀ ਕਰਵਾਇਆ ਸੀ।
ਇਹ ਸਤਿਗੁਰੂ ਜੀ ਦੀ ਬਹੁਤ ਵੱਡੀ ਦੇਣ ਹੈ ਸਾਰੇ ਸਮਾਜ ਨੂੰ, ਕੁੱਲ ਸੰਸਾਰ ਨੂੰ। ਸੋ ਇਹ ਮਹਾਰਾਜ ਫਰਮਾਨ ਕਰਦੇ ਨੇ, ਸਤੀਆ ਇਹ ਨਾ ਆਖੀਐਨ ਜੋ ਮੜਿਆ ਲੱਗ ਜਲਨ, ਨਾਨਕ ਸਤੀਆ ਨਾਨਕ ਸਤੀਆ ਜਾਣੀਐਨ ਜੇ ਬਿਰਹੇ ਚੋਟ ਮਰਨ। ਹਾਂਜੀ, ਸਤੀਆ ਇਹ ਨਾ ਆਖੀਐਨ ਜੋ ਮੜਿਆ ਲੱਗ ਜਲਨ, ਨਾਨਕ ਸਤੀਆ ਜਾਣੀਐਨ ਜੇ ਬਿਰਹੇ ਚੋਟ ਮਰਨ। ਮਹੱਲਾ ਤੀਜਾ, ਭੀ ਸੋ ਸਤੀਆ ਜਾਣੀਐਨ ਸੀਲ ਸੰਤੋਖ ਰਹਨ, ਸੇਵਨ ਸਾਈਂ ਆਪਣਾ ਨਿਤ ਉੱਠ ਸੰਭਾਲਨ। ਮਹੱਲਾ ਤੀਜਾ, ਕੰਤਾ ਨਾਲ ਮਹੇਲੀਆ ਸੇਤੀ ਅੱਗ ਜਲਾਹੇ, ਜੇ ਜਾਣ ਹੈ ਪਿਰ ਆਪਣਾ ਤਾ ਤਨ ਦੁੱਖ ਸਹਾਹੇ, ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਚਲਾਹੇ, ਭਾਵੈ ਜੀਵੋ ਕੈ ਮਰੋ ਦੂਰੋ ਹੀ ਭੱਜ ਜਾਹੇ। ਪੌੜੀ, ਤੁਧ ਦੁੱਖ ਸੁਖ ਨਾਲ ਉਪਾਇਆ, ਲੇਖ ਕਰਤਾ ਲਿਖਿਆ ਨਾਵੈ ਜੇਵਡ ਹੋਰ ਦਾਤ ਨਾਹੀ, ਤਿਸ ਰੂਪ ਨਾ ਰਿਖਿਆ, ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ, ਕਰ ਕਿਰਪਾ ਨਾਮ ਦੇਵਸੀ ਫਿਰ ਲੇਖ ਨਾ ਲਿਖਿਆ, ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ। ਸਲੋਕ ਮਹੱਲਾ ਦੂਜਾ, ਜਿਨੀ ਚੱਲਣ ਜਾਣਿਆ ਸੇ ਕਿਉਂ ਮਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਮਹੱਲਾ ਦੂਜਾ, ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਮਹੱਲਾ ਦੂਜਾ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ। ਮਹੱਲਾ ਦੂਜਾ, ਮਾਨ ਹਠ ਤਰਫ ਨਾ ਜਿਪਈ ਜੇ ਬਹੁਤਾ ਘਾਲੇ, ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ। ਪੌੜੀ, ਕਰਤੈ ਕਾਰਨ ਜਿਨ ਕੀਆ ਸੋ ਜਾਣੈ ਸੋਈ, ਆਪੇ ਸ੍ਰਿਸ਼ਟ ਉਪਾਈਨ ਆਪੇ ਫੁਨ ਗੋਈ, ਜੋਗ ਚਾਰੇ ਸਭ ਭਵ ਥਕੀ ਕਿਨ ਕੀਮਤ ਹੋਈ, ਸਤਿਗੁਰ ਏਕ ਵੇਖਾ ਲਿਆ ਮਾਨ ਤਨ ਸੁਖ ਹੋਈ, ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ। ਸਲੋਕ ਮਹੱਲਾ ਦੂਜਾ, ਜਿਨਾ ਭਉ ਤਿਨ ਨਾਹੇ ਭਉ, ਮੋਚ ਭਉ ਨੇ ਭਵਿਆਹ, ਨਾਨਕ ਇਹੋ ਪਟੰਤਰਾ ਤਿਤ ਦੀ ਬਾਣ ਗਿਆਹ। ਮਹੱਲਾ ਦੂਜਾ, ਤੁਰਦੇ ਕਹੁ ਤੁਰਦਾ ਮਿਲੈ, ਉੱਡਤੇ ਕਹੁ ਉੱਡਤਾ, ਜੀਵਤੇ ਕਹੁ ਜੀਵਤਾ ਮਿਲੈ, ਮੂਏ ਕਹੁ ਮੂਆ, ਨਾਨਕ ਸੋ ਸਾ ਲਾਹੀਐ ਜਿਨ ਕਾਰਨ ਕੀਆ। ਪੌੜੀ, ਸੱਚ ਧਿਆਇਨ ਸੇ ਸੱਚੇ ਗੁਰ ਸ਼ਬਦ ਵਿਚਾਰੀ, ਹਉ ਮੈਂ ਮਾਰ ਮਨ ਨਿਰਮਲਾ ਹਰ ਨਾਮ ਉਰ ਧਾਰੀ, ਕੋਠੇ ਮੰਡਪ ਮਾੜੀਆਂ ਲੱਗ ਪਏ ਗਾਵਾਰੀ, ਜਿਨ ਕੀਏ ਤਿਸ ਹੈ ਨਾ ਜਾਣਨੀ ਮਨਮੁਖ ਗੁਬਾਰੀ, ਜਿਸ ਬੁਝਾਏ ਹੈ ਸੋ ਬੁਝ ਸੀ ਸੱਚਿਆ ਕਿਆ ਜੰਤ ਵਿਚਾਰੀ। ਸਾਧ ਸੰਗਤ ਜੀ, ਇਸ ਸ਼ਬਦ ਦੀ ਜੋ ਸਲੋਕ ਦੀ ਪਹਿਲੀ ਪੌੜੀ ਆਈ ਹੈ, ਜਿਨਾ ਭਉ ਤਿਨ ਨਾਹੇ ਭਉ, ਮੁੱਚ ਭਉ ਨਿਭਵਿਆਹ ਨਿਭਵਿਆਹ, ਇਉਂ ਇਹ ਪਾਠ ਸੰਬੰਧਕ ਕਰਨਾ ਹੈ। ਨਿਭਵਿਆਹ ਜਾਂ ਹੋਰ ਕਿਸੇ ਤਰੀਕੇ ਨਾਲ ਨਹੀਂ ਬੋਲਣਾ, ਨਿਭਵਿਆਹ। ਆਪ ਜੀ ਨੇ ਪਾਠ ਪਾਠੀ ਸਿੰਘ ਜੀ ਪਾਸੋਂ ਵੀ ਸਰਵਣ ਕੀਤਾ ਸੀ। ਨਿਭਵਿਆਹ, ਜਿਹੜੇ ਨਿਰਭਉ ਭਾਵ ਨਿਡਰ ਹਨ, ਬੇਖੌਫ ਹਨ ਪਰਮਾਤਮਾ ਦੇ ਡਰ ਵੱਲੋਂ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਸੁੱਚਾ ਡਰ ਹੈ, ਖੌਫ ਹੈ, ਉਹਨਾਂ ਨੂੰ ਹੋਰ ਕਿਸੇ ਤਰ੍ਹਾਂ ਦਾ ਡਰ ਕੋਈ ਨਹੀਂ ਰਹਿ ਜਾਂਦਾ। ਅਤੇ ਜਿਹੜੇ ਪਰਮਾਤਮਾ ਵੱਲੋਂ ਨਿਡਰ ਹੋ ਗਏ, ਉਹਨਾਂ ਨੂੰ ਬਹੁਤਾ ਡਰ ਹੈ ਜਮਾਂ ਦਾ, ਜੰਮਣ ਮਰਨ ਦਾ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਿੱਖਿਆ ਦੇ ਰਹੇ ਨੇ। ਇਉਂ ਨਿਭਵਿਆਹ, ਇਉਂ ਪਾਠ ਇਕੱਠਾ ਕਰਨਾ ਹੈ ਜੀ।